ਐਵੇਂ ਚੋਰ ਰਾਤ ਨੂੰ ਚੁੱਕ ਕੇ ਲੈ ਜਾਂਦੇ ਨੇ ਬਾਈਕ, ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵਾਰਦਾਤ ਹੋਈ ਕੈਦ। ਤਾਂ ਦੱਸ ਦਈਏ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਚੋਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋ ਚੋਰ ਇੱਕ ਬਾਈਕ ਨੂੰ ਨਿਸ਼ਾਨਾ ਬਣਾਉਂਦੇ ਨੇ। ਤਾਂ ਵੇਖ ਸਕਦੇ ਹੋ ਕਿ ਇੱਕ ਚੋਰ ਮਾਸਟਰ ਕੀ ਦੇ ਨਾਲ ਪਹਿਲਾਂ ਬਾਈਕ ਦਾ ਲੋਕ ਖੋਲ੍ਹਦਾ, ਜਿਸ ਤੋਂ ਬਾਅਦ ਇਹ ਬਾਈਕ ਨੂੰ ਸਟਾਰਟ ਕਰਦੇ ਨੇ, ਤਾਂ ਹੌਲੀ ਹੌਲੀ ਪੈਰਾਂ ਨਾਲ ਰੋੜਦੇ ਹੋਏ ਅੱਗੇ ਲੈ ਜਾਂਦੇ ਨੇ ਤਾਂ ਕਿ ਕਿਸੇ ਨੂੰ ਇਸ ਦੀ ਆਵਾਜ਼ ਨਾ ਸੁਣੇ, ਜਿਸ ਤੋਂ ਬਾਅਦ ਇਹ ਬਾਈਕ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਮੋਹਾਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਘਰ ਦੇ ਬਾਹਰ ਖੜੀ ਬਾਈਕ ਵੀ ਹੁਣ ਸੇਫ ਨਹੀਂ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਇੱਕ ਮਾਸਟਰ ਕੀ ਦੀ ਮਦਦ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਮਾਮਲਾ ਪੁਲਿਸ ਦੇ ਨਿਗਰਾਨੀ ਹੇਠ ਆਇਆ, ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਐਵੇਂ ਚੋਰ ਰਾਤ ਨੂੰ ਚੁੱਕ ਕੇ ਲੈ ਜਾਂਦੇ ਨੇ ਬਾਈਕ, ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵਾਰਦਾਤ ਹੋਈ ਕੈਦ। ਤਾਂ ਦੱਸ ਦਈਏ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਚੋਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋ ਚੋਰ ਇੱਕ ਬਾਈਕ ਨੂੰ ਨਿਸ਼ਾਨਾ ਬਣਾਉਂਦੇ ਨੇ। ਤਾਂ ਵੇਖ ਸਕਦੇ ਹੋ ਕਿ ਇੱਕ ਚੋਰ ਮਾਸਟਰ ਕੀ ਦੇ ਨਾਲ ਪਹਿਲਾਂ ਬਾਈਕ ਦਾ ਲੋਕ ਖੋਲ੍ਹਦਾ, ਜਿਸ ਤੋਂ ਬਾਅਦ ਇਹ ਬਾਈਕ ਨੂੰ ਸਟਾਰਟ ਕਰਦੇ ਨੇ, ਤਾਂ ਹੌਲੀ ਹੌਲੀ ਪੈਰਾਂ ਨਾਲ ਰੋੜਦੇ ਹੋਏ ਅੱਗੇ ਲੈ ਜਾਂਦੇ ਨੇ ਤਾਂ ਕਿ ਕਿਸੇ ਨੂੰ ਇਸ ਦੀ ਆਵਾਜ਼ ਨਾ ਸੁਣੇ, ਜਿਸ ਤੋਂ ਬਾਅਦ ਇਹ ਬਾਈਕ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਮੋਹਾਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਘਰ ਦੇ ਬਾਹਰ ਖੜੀ ਬਾਈਕ ਵੀ ਹੁਣ ਸੇਫ ਨਹੀਂ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਇੱਕ ਮਾਸਟਰ ਕੀ ਦੀ ਮਦਦ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਮਾਮਲਾ ਪੁਲਿਸ ਦੇ ਨਿਗਰਾਨੀ ਹੇਠ ਆਇਆ, ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਐਵੇਂ ਚੋਰ ਰਾਤ ਨੂੰ ਚੁੱਕ ਕੇ ਲੈ ਜਾਂਦੇ ਨੇ ਬਾਈਕ, ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵਾਰਦਾਤ ਹੋਈ ਕੈਦ। ਤਾਂ ਦੱਸ ਦਈਏ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਚੋਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋ ਚੋਰ ਇੱਕ ਬਾਈਕ ਨੂੰ ਨਿਸ਼ਾਨਾ ਬਣਾਉਂਦੇ ਨੇ। ਤਾਂ ਵੇਖ ਸਕਦੇ ਹੋ ਕਿ ਇੱਕ ਚੋਰ ਮਾਸਟਰ ਕੀ ਦੇ ਨਾਲ ਪਹਿਲਾਂ ਬਾਈਕ ਦਾ ਲੋਕ ਖੋਲ੍ਹਦਾ, ਜਿਸ ਤੋਂ ਬਾਅਦ ਇਹ ਬਾਈਕ ਨੂੰ ਸਟਾਰਟ ਕਰਦੇ ਨੇ, ਤਾਂ ਹੌਲੀ ਹੌਲੀ ਪੈਰਾਂ ਨਾਲ ਰੋੜਦੇ ਹੋਏ ਅੱਗੇ ਲੈ ਜਾਂਦੇ ਨੇ ਤਾਂ ਕਿ ਕਿਸੇ ਨੂੰ ਇਸ ਦੀ ਆਵਾਜ਼ ਨਾ ਸੁਣੇ, ਜਿਸ ਤੋਂ ਬਾਅਦ ਇਹ ਬਾਈਕ ਸਟਾਰਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਮੋਹਾਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਘਰ ਦੇ ਬਾਹਰ ਖੜੀ ਬਾਈਕ ਵੀ ਹੁਣ ਸੇਫ ਨਹੀਂ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਇੱਕ ਮਾਸਟਰ ਕੀ ਦੀ ਮਦਦ ਨਾਲ ਇਸ ਬਾਈਕ ਨੂੰ ਚੋਰੀ ਕਰ ਲਿਆ ਜਾਂਦਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਮਾਮਲਾ ਪੁਲਿਸ ਦੇ ਨਿਗਰਾਨੀ ਹੇਠ ਆਇਆ, ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।